अस्सलाम वालेकुम, की हाल चाल है ताडा? ठीक ठाक हो तुसी सारे? कैसी तबीयत है ताडी सारियां दी? अल्लाह करे तुसी सारे हसते रहो ते वसते रहो। ते आज भई मेरा बर्थडे वे, अज यौमे पैदाइश कह लो, बर्थडे कह लो, जन्मदिन कह लो, होर भी बहुत कुछ कहंदे होणगे, आ जाओ जी। ते भई असी हुण इन्ने वड्डे हो गए हां कि हुण असी ਉਹ ਚੱਕਰ ਤਾਂ ਨਹੀਂ ਪੈਂਦਾ ਜਿਵੇਂ ਬੱਚਿਆਂ ਨੂੰ ਚਾਅ ਹੁੰਦੇ ਨੇ, ਬੱਚੇ ਖੁਸ਼ ਹੁੰਦੇ ਨੇ, ਬੱਚਿਆਂ ਨੂੰ ਬੜਾ ਇੰਤਜ਼ਾਰ ਹੁੰਦਾ। ਸਾਡੇ ਘਰ ਵੀ ਜਦੋਂ ਬੱਚਿਆਂ ਦੀ ਬਰਥਡੇ ਹੁੰਦੀ ਹੈ ਤਾਂ ਬੜਾ ਇਹਤਮਾਮ ਹੁੰਦਾ ਉਸ ਚੀਜ਼ ਦਾ ਕਿ ਬੱਚੇ ਖੁਸ਼ ਹੋਣ, ਟੋਇਸ ਮਿਲਦੇ ਨੇ ਉਹਨਾਂ ਨੂੰ, ਅਤੇ ਉਹਨਾਂ ਨੂੰ ਸਜਾਵਟ ਹੁੰਦੀ ਹੈ, ਗੁਬਾਰੇ ਲਾਉਂਦੇ ਹਾਂ, ਬੈਲੂਨਸ ਹੁੰਦੇ ਨੇ, ਅਤੇ ਬਹੁਤ ਜ਼ਿਆਦਾ ਹੁਣ ਤਾਂ ਚੀਜ਼ਾਂ ਆ ਗਈਆਂ ਨੇ। ਬੱਚੇ ਕੈਪਸ ਪਾਉਂਦੇ ਨੇ, ਟੂਪੜੀਆਂ ਵਜਾਉਂਦੇ ਨੇ, ਅਤੇ ਤੂਤੜੀਆਂ ਵਜਾਉਂਦੇ ਨੇ, ਅਤੇ ਬਹੁਤ ਕੁਛ ਹੁੰਦਾ ਵੇ, ਅਤੇ ਉਹ ਬੜਾ ਇਹਤਮਾਮ ਹੁੰਦਾ ਵੇ। ਅਤੇ ਬੱਚੇ ਅਸਲ ਮਕਸਦ ਹੁੰਦਾ ਖੁਸ਼ੀ ਹਾਸਲ ਕਰਨਾ, ਦਿਲ ਦੀ ਖੁਸ਼ੀ ਮਿਲ ਜਾਂਦੀ ਹੈ ਕਿ ਬੱਚੇ ਖੁਸ਼ ਹੁੰਦੇ ਨੇ ਅਤੇ ਅਸੀਂ ਸਾਰੇ ਵੀ ਖੁਸ਼ ਹੋ ਜਾਂਦੇ ਹਾਂ। ਪਰ ਅੱਜ ਕੱਲ੍ਹ ਦੇ ਬੱਚੇ ਜਿਹੜੇ ਨੇ ਬੜੇ ਨਾਯਾਬ ਜ਼ਮਾਨਿਆਂ ਦੇ ਬੱਚਿਆਂ ਨਾਲੋਂ ਜ਼ਿਆਦਾ ਖੁਸ਼ਕਿਸਮਤ ਬੱਚੇ ਨੇ। ਉਸ ਜ਼ਮਾਨੇ 'ਚ ਬੱਚਿਆਂ ਨੂੰ ਜ਼ਿਆਦਾਤਰ ਬਰਥਡੇ ਦਾ ਪਤਾ ਹੀ ਨਹੀਂ ਹੁੰਦਾ ਸੀ ਵੀ ਕਿਹੜੀ ਤਰੀਕ ਹੈ ਅਤੇ ਕੀ ਨਹੀਂ। ਮਾਂ ਪਿਓ ਨੂੰ ਹੀ ਪਤਾ ਹੁੰਦਾ ਸੀ ਤਰੀਕਾਂ ਸ਼ਰੀਕਾਂ। ਬੱਚੇ ਦੇ ਐਵੇਂ ਵਿਚਾਰੇ ਖੇਡ ਕੁੱਦ ਕੇ ਵੱਡੇ ਹੋ ਜਾਂਦੇ ਸਨ, ਜਾਂ ਥੋੜ੍ਹੀ ਜਿਹੀ ਸਮਝ ਆਉਂਦੀ ਸੀ ਅਤੇ ਫਿਰ ਬਸ ਬਈ ਉਹ ਤਰੀਕ ਹੈ ਬਸ, ਉਸ ਤੋਂ ਇਲਾਵਾ ਕੋਈ ਅਹਿਮੀਅਤ ਨਹੀਂ ਹੁੰਦੀ ਸੀ। ਬਹੁਤ ਜ਼ਿਆਦਾ ਹੁੰਦਾ ਸੀ ਜੇ ਸਾਲਗਿਰਾ ਦਾ ਲਫਜ਼ ਹੁੰਦਾ ਸੀ ਅਤੇ ਸਾਲਗਿਰਾ ਦੇ ਲਫਜ਼ ਮਨਾ ਲਿਆ ਜਾਂਦਾ ਸੀ, ਉਹ ਵੀ ਇਸ ਤਰ੍ਹਾਂ ਹੁੰਦਾ ਸੀ। ਸਾਡੇ ਅੱਬੂ ਅੱਲਾ ਜੰਨਤ ਨਸੀਬ ਕਰੇ ਕੇਕ ਲੈ ਕੇ ਆਉਂਦੇ ਹੁੰਦੇ ਸਨ ਘਰ, ਅਤੇ ਅਸੀਂ ਫਿਰ ਸਾਰੇ ਭੈਣ ਭਰਾ ਕੇਕ ਕੱਟ ਲੈਣਾ, ਬਸ ਤਾਲੀਆਂ ਵਜਾ ਲੈਣੀਆਂ ਅਤੇ ਚਲੋ ਵੀ ਸਾਲਗਿਰਾ ਹੋ ਗਈ, ਕੇਕ ਖਾ ਲਿਆ। ਇਹ ਸਾਦ ਤੱਕ ਹੁੰਦਾ ਸੀ। ਫਿਰ ਜ਼ਮਾਨਾ ਬਦਲਿਆ, ਥੋੜ੍ਹਾ ਅੱਗੇ ਗਏ, ਪਤਾ ਚੱਲਿਆ ਵੀ ਬਰਥਡੇ ਕਈ ਦਾ ਹੋਵੇ, ਜ਼ਰਾ ਕਮੀਜ਼ ਦੇ ਦਾਇਰੇ ਵਿੱਚ ਪੁਕਾਰਿਆ ਕਰੋ, ਵੀ ਬੜਾ ਮਾਡਰਨ ਜਿਹਾ ਲੱਗਦਾ ਬੰਦਾ ਬਰਥਡੇ ਕਹਿੰਦਾ ਹੋਵੇ ਅਤੇ ਉਹ ਫਿਰ ਬਰਥਡੇ ਦਾ ਲਫ਼ਜ਼ ਆ ਗਿਆ। ਫਿਰ ਪਤਾ ਚੱਲਿਆ ਵੀ ਗਿਫਟਸ ਵੀ ਮਿਲਦੇ ਨੇ, ਕਿਉਂਕਿ ਬਚਪਨ 'ਚ ਸਾਨੂੰ ਸਿਰਫ ਕੇਕ ਤੋਂ ਸਵਾ ਕਦੇ ਕੋਈ ਗਿਫਟ ਵਗੈਰਾ ਨਹੀਂ ਮਿਲਿਆ ਸੀ। ਚਲੋ ਠੀਕ ਹੈ, ਹੋਰ ਮਜ਼ੇ ਆ ਗਏ ਅਤੇ ਉਹਦਾ, ਅਤੇ ਹੁਣ ਐਵੇਂ ਕਿ ਅਸੀਂ ਵੀ ਫਿਰ ਬਰਥਡੇ ਮਨਾ ਲੈਂਦੇ ਹਾਂ, ਬੱਚੇ ਮਨਾ ਲੈਂਦੇ ਨੇ, ਅਸੀਂ ਵੀ ਨਾਲ ਮਨਾ ਲੈਂਦੇ ਹਾਂ। ਪਰ ਜ਼ਮਾਨੇ ਦਾ ਫਰਕ ਜਿਹੜਾ ਹਰ ਚੀਜ਼ ਵਿੱਚ ਮੌਜੂਦ ਰਹਿੰਦਾ ਵੇ। ਤੁਸੀਂ ਦੇਖੋ ਕਿ ਪਹਿਲੇ ਜ਼ਮਾਨੇ 'ਚ ਬੱਚੇ ਕਿਸੇ ਅਸਾਂ ਪੁੱਛਦੇ ਸਾਂ ਕਿਸੇ ਮੁਹੱਲੇ 'ਚ, ਜਾਂ ਕਿਸੇ ਨੂੰ ਬੱਚਿਆਂ ਨੂੰ ਆਪਣੇ ਤਾਰੀਖ ਪੈਦਾਇਸ਼ ਦੀ ਪਤਾ ਹੁੰਦੀ ਸੀ। ਅੱਜ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਡੇਟ ਆਫ ਬਰਥ ਪਤਾ ਹੁੰਦੀ ਹੈ। ਸਾਡੇ ਯੂਸਫ ਕੋ ਪੁੱਛ ਲਵੋ ਅਤੇ ਉਹਨੂੰ ਸਾਰਾ ਪਤਾ ਹੋਏਗਾ, ਮੇਰਾ ਡੇਟ ਆਫ ਬਰਥ ਹੈ ਵੇ, ਅਤੇ ਇਹ ਮੇਰੇ ਫਾਦਰ ਨੇਮ ਹੈ, ਅਤੇ ਇਹ ਮੇਰਾ ਫਲਾਂ, ਪੂਰਾ ਉਹਨੂੰ ਪਤਾ ਵੇ। ਅਤੇ ਅਸੀਂ ਜਦੋਂ ਇਸ ਏਜ ਵਿੱਚ ਤਾਂ ਸਾਨੂੰ ਕੁਛ ਨਹੀਂ ਪਤਾ ਹੁੰਦਾ ਸੀ ਕਿ ਸਾਡੀ ਡੇਟ ਆਫ ਬਰਥ ਕੀ ਹੈ, ਬਈ ਸਾਨੂੰ ਕੁਝ ਨਹੀਂ ਪਤਾ ਹੁੰਦਾ ਸੀ। ਅਤੇ ਇਹਨੂੰ ਹੀ ਤਾਂ ਕਹਿੰਦੇ ਨੇ ਕਿ ਜ਼ਮਾਨੇ ਦੀ ਜਿਹੜੀ ਤਰੱਕੀ ਹੋਈ ਹੈ, ਜਿਹੜੇ ਵਕਤ ਦੇ ਨਾਲ ਨਾਲ ਤਰੱਕੀ ਕਰਦਾ ਇਨਸਾਨ, ਅਤੇ ਉਹ ਸਾਰੇ ਮਰਾਹਲ ਇਸ ਤਰ੍ਹਾਂ ਹੀ ਤੈਅ ਹੁੰਦੇ ਨੇ। ਅਤੇ ਅਸੀਂ ਵੀ ਨਾਲ ਜ਼ਮਾਨੇ ਦੇ ਨਾਲ ਹੀ ਚੱਲਦੇ ਜਾ ਰਹੇ ਹਾਂ ਕਿ ਚਲੋ ਵੀ ਠੀਕ ਹੈ, ਕੇਕ ਕੱਟਿਆ ਜਾਂਦਾ, ਬੱਚੇ ਖੁਸ਼ ਹੋ ਜਾਂਦੇ ਨੇ, ਅਸੀਂ ਵੀ ਖੁਸ਼ ਹੋ ਜਾਂਦੇ ਹਾਂ, ਅਤੇ ਗਿਫਟ ਵੀ ਮਿਲ ਜਾਂਦੇ ਨੇ। ਇਹ ਤੋਂ ਹੋਰ ਚੰਗੀ ਕਿਹੜੀ ਗੱਲ ਹੈ? ਅਸਲ 'ਤੇ ਗੱਲ ਹੁੰਦੀ ਦਿਲ ਦੀ ਖੁਸ਼ੀ ਦੀ। ਅਤੇ ਬਸ ਮੈਂ ਅੱਜ ਸਾਡੇ ਬਹੁਤ ਜ਼ਿਆਦਾ ਘਰ 'ਚ ਫੈਲਾਓ ਵੇ, ਥੋੜ੍ਹਾ ਜਿਹਾ ਖਲਾਰਾ ਖਲੋਰਾ ਕਾਫੀ ਪਿਆ ਹੋਇਆ, ਮੈਂ ਹੁਣ ਥੋੜ੍ਹਾ ਫਾਰਗ ਹੋਈ ਸਾਂ ਨਹਾ ਕੇ, ਹੁਣ ਮੈਂ ਨੀਚੇ ਜਾਵਾਂਗੀ, ਕੋਈ ਚਾਹ ਪੀਵਾਂਗੀ। ਅਤੇ ਬਹਿਰਾਲ ਹੈ, ਮੈਂ ਕਿਹਾ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਅੱਜ ਮੇਰੀ ਬਰਥਡੇ ਵੀ ਹੈ, ਔਰ ਦੂਸਰਾ ਹੈ ਵੇ ਕਿ ਮੇਰੀ ਸਿਸਟਰ ਆ ਰਹੇ ਨੇ ਅਤੇ ਅਸੀਂ ਉਹਦੀ ਤਿਆਰੀਆਂ ਵਿੱਚ ਲੱਗੇ ਹੋਏ ਹਾਂ, ਅਤੇ ਬੜੀ ਗਹਿਮਾ ਗਹਿਮੀ ਹੈ ਘਰ ਵਿੱਚ। ਅਤੇ ਇਸ ਤੋਂ ਹੋ ਸਕਦਾ ਅੱਗੇ ਜਾ ਕੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੀ ਵੀਡੀਓ ਅਪਲੋਡ ਕਰਨ ਦੇ ਟਾਈਮਿੰਗ ਕੁਛ ਅਪ ਡਾਊਨ ਚੱਲਣ, ਕਿ ਮਸਰੂਫੀਅਤ ਹੋਣੀ ਹੈ ਕਿ ਕਿਸ ਵੇਲੇ ਬਣੇਗੀ, ਕਿਸ ਵੇਲੇ ਕੀ, ਤਾਂ ਥੋੜ੍ਹਾ ਜਿਹਾ ਉਹਦੀ ਤਰਤੀਬ ਵਿੱਚ ਸ਼ਾਇਦ ਫਰਕ ਆਵੇ ਜਿਹੜੇ ਟਾਈਮ 'ਤੇ ਮੈਂ ਕਰਨੀ ਹਾਂ। ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੇਰੇ ਗੈਪ ਨਾ ਆਵੇ, ਅਤੇ ਮੈਂ ਕੀ ਕਹਿੰਦੇ ਨੇ ਵੀਡੀਓ ਅਪਲੋਡ ਕਰਦੀ ਰਹਾਂ। ਬਹਿਰਾਲ ਜੇ ਕੋਈ ਗਲਤੀ ਹੋ ਜਾਵੇ, ਕਦੀ ਦੇਰ ਹੋ ਜਾਵੇ, ਕੁਛ ਹੋਵੇ, ਤਾਂ ਮਾਫ਼ ਕਰੀਓ। ਅਤੇ ਫਿਰ ਹੁਣ ਮੈਂ ਕੀ ਕਹਿੰਦੇ ਨੇ ਚੱਲਦੇ ਹਾਂ, ਫਿਰ ਮਿਲਾਂਗੇ ਇਨਸ਼ਾਅੱਲਾ, ਅਸੀਂ ਗੱਲਾਂ ਕਰਦੇ ਰਹਾਂਗੇ, ਅਸੀਂ ਮਿਲਦੇ ਰਹਾਂਗੇ, ਸਾਥ ਤਾਂ ਸਾਡਾ ਛੁੱਟਣਾ ਹੀ ਨਹੀਂ ਹੈ, ਇਹਦੇ ਵਕਤ ਦੀ ਮਸਰੂਫੀਅਤ ਹੋ ਜਾਂਦੀ ਹੈ, ਪਰ ਉਹਦੇ ਵਿੱਚ ਵੀ ਤੁਹਾਨੂੰ ਨਾਲੋਂ ਨਾਲ ਸ਼ਾਮਿਲ ਰੱਖਾਂਗੇ। ਅਤੇ ਫਿਰ ਮਿਲਦੇ ਹਾਂ, ਅੱਲਾ ਹਾਫਿਜ਼ ਅਤੇ ਰੱਬ ਰਾਖਾ। ਸਲਾਮ ਅਲੈਕੁਮ। ਅਸੀਂ ਬਈ ਜਾ ਰਹੇ ਹਾਂ, ਮੌਸਮ ਬਹੁਤ ਅੱਛਾ ਹੈ, ਅੱਜ ਧੁੱਪੇ ਬੜੇ ਮਜ਼ੇ ਲਏ ਨੇ ਅਸੀਂ, ਧੁੱਪ ਦੇ ਬੜੇ ਮਜ਼ੇ ਅਤੇ ਬੜੇ ਲਿਸ਼ਕਾਰੇ। ਯੂਸਫ ਨੇ ਪੂਰੀ ਆਪਣੀ ਜੋ ਹੈ ਨਾ ਉਹ ਕੰਪਲੀਟ ਕੀ ਹੈ, ਜੋ ਰੀਡਿੰਗ ਕਰਨੀ ਸੀ ਔਰ ਜੋ ਜੋ ਚੀਜ਼ਾਂ ਕਰਨੀ ਸੀ ਨਾ, ਸਾਰੀ ਕੰਪਲੀਟ ਕੀ ਹੈ।
और मुस्तफ़ा ने भी बच्चों ने खूब आज धूप में खेला, हम लोग सन में बैठे कुर्सियों पे, है ना यूसुफ, कितना मज़ा आया था ना हमें। हाँ सन चेयर्स पे बैठे थे हम और बहुत मज़ा लिया। तो अब हम जा रहे हैं राफे के घर, ये कह रहे हैं हमें थोड़ा राफे से मिलना है, राफे के साथ खेलना है, तो धूप थी ना इसलिए फिर हाँ मिकायल, हाँ राफे और राफे का फ्रेंड मिकायल है, हाँ राफे के दोस्त है ना। तो अब हम जा रहे हैं राफे हाउस पैदल पैदल खरामा खरामा, वहाँ पे जाके आप तंग तो नहीं करोगे मुझे? अच्छा अच्छा, तो अच्छा आप मुझे बताओ कि ईद अच्छी गुजरी है, मजा आया ना ईद पे? तो आप मुझे बताओ कि आपको कितनी ईदी मिली? 30 pounds? ओ 30 pounds मिली है भाई यूसुफ को ईदी। और मुस्तफ़ा को कितनी मिली है? मुस्तफ़ा का भी 30 pounds? ओ 30 pounds भाई, दोनों को 30 pounds ईदी मिल गई है, जबरदस्त। हाँ हाँ वाह, चलो भाई चलो, आज तो बड़ी अच्छी धूप है और बहुत सारे बच्चे निकले हुए हैं, लोग निकले हुए हैं, अस भी टुरदे जा रहे हैं क्योंकि मैंने हूँ तोहफे में अंदाज़ा नहीं हो रहा कि किस तरफ जड़ा ना मेरा कैमरे का एंगल है ये सब नहीं। हाँ जी हो वाह, तो मैंने बिल्कुल अंदाज़ा नहीं हो रहा, बस मैं बोलती जा रही हाँ, अस टुरदे जा रहे हैं, तो बड़ा अच्छा लग रहा है और बच्चे भी खेल रहे हैं। हेलो 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 बच्चों, हम थोड़े असि ऐसे एंगल ते आए हैं कि धुप जड़ी है मोड़ मोड़ गए असि, तो धुप हाँ एक्सीडेंट हो गया भाई। हम जब भी यहाँ से गुजरते हैं ये एरिया ऐसा है, यहाँ पे गैरेज है और एक्सीडेंट वाली गाड़ियाँ में नजर आती हैं। हाँ इस गाड़ी का भी हुआ और यूसुफ जरूर फिर या मुस्तफा पूछते हैं मुझसे कि एक्सीडेंट हुआ इस गाड़ी का। हाँ पट्टी वाली चंबे दिए डालिए पीड़ा दा परागा पुन दे तेनू दवा हंजुआ दा पाड़ा नी पीड़ा दा परागा पुन दे। दौड़ भी गए ने अगे, इन्होंने जाके बैल बजा भी देनी है।